ਜੀ ਹਾਜੀਆਂ ਦਾ ਇਤਜਾਜ ਜੀ ਸਵੇਰ ਦਾ ਨਾਸ਼ਤੇ ਦੇ ਵਿੱਚ ਦਾਲ ਵੇਖੋ ਜਨਾਬ ਖਰਾਬ ਦਾਲ ਦੋ ਦਿਨ ਦੀ ਗੁੱਸੀ ਹੋਈ ਜਨਾਬ ਦੇ ਅਲਹਮਕਾਰੀ ਹੈ ਠੀਕ ਹੈ ਜੀ ਇਹ ਸਾਰੇ ਦੋਸਤ ਸਾਹਿਬ ਇੱਥੇ ਇਤਜਾਜਨ ਖੜੇ ਨੇ ਜਨਾਬ ਅੱਜ ਵਜ਼ਾਰਤ ਸਾਹਿਬ ਇਹਦਾ ਫੌਰੀ ਤੌਰ ਤੇ ਨੋਟਿਸ ਲਿਆ ਜਾਵੇ ਠੀਕ ਹੈ ਜੀ ਇਹ ਦੇਖੋ ਹਾਜੀਆਂ ਨੂੰ ਖਰਾਬ ਖਾਣਾ ਦਿੱਤਾ ਜਾ ਰਿਹਾ ਹੈ ਕਈ ਰੋਜ਼ ਤੋਂ ਕੋਈ ਬੰਦਾ ਇੱਥੇ ਪੁੱਛਣ ਦੱਸਣ ਵਾਲਾ ਨਹੀਂ ਹੈਗਾ ਜਨਾਬ ਠੀਕ ਹੈ ਜੀ ਠੰਡੀਆਂ ਰੋਟੀਆਂ ਦੋ ਦੋ ਦਿਨ ਦੀਆਂ ਜਿਹੜੀਆਂ ਨੇ ਬਚੀਆਂ ਹੋਈਆਂ ਖਾਣਾ ਜਿਹੜਾ ਹੈ ਨਾ ਜੀ ਉਹ ਇਹਨਾਂ ਨੂੰ ਦਿੱਤਾ ਜਾ ਰਿਹਾ ਜੀ ਠੀਕ ਹੈ ਜੀ ਇੱਥੇ ਕੋਈ ਬੰਦਾ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਜੀ ਨਾ ਕੋਈ ਵਜ਼ਾਰਤ ਤੇ ਹੱਜ ਦਾ ਮਸਲਾ ਜਿਹੜਾ ਕੋਈ ਆਫਸ ਦੱਸ ਰਿਹਾ ਇੱਥੇ ਠੀਕ ਹੈ ਜਿਹੜੇ ਇੱਥੇ ਸਾਡੇ ਜਿਹੜੇ ਨੇ ਜਿਹੜਾ ਨਮਾਜ਼ ਸਾਹਿਬ ਨੇ ਉਹ ਹੋਟਲ ਵਾਲਿਆਂ ਨਾਲ ਮਿਲੇ ਹੋਏ ਨੇ ਠੀਕ ਹੈ ਜੀ ਉਹ ਕੋਈ ਬੰਦਾ ਵੀ ਕਿਸੇ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਜਨਾਬ ਉਹ ਤਾਂ ਬਦਤਮੀਜ਼ੀ ਕਰਦੇ ਨੇ ਕੋਈ ਰਹਿਨਮਾਈ ਨਹੀਂ ਕਿਸੇ ਦੀ ਬੰਦਾ ਕਰ ਰਿਹਾ ਜੀ ਠੀਕ ਹੈ ਜੀ ਅਸੀਂ ਵਜ਼ਾਰਤ ਹਜ ਸਾਹਿਬ ਨੂੰ ਕੰਪਲੇਨ ਦਰਜ ਕਰਵਾਉਣੀ ਹੈ ਜਨਾਬ ਆਪਣੀ ਫੌਰੀ ਤੌਰ ਤੇ ਇਸ ਗੱਲ ਦਾ ਨੋਟਿਸ ਲਿਆ ਜਾਵੇ ਠੀਕ ਹੈ ਇੱਥੇ ਹਾਜੀ ਬਹੁਤ ਪਰੇਸ਼ਾਨ ਨੇ ਕਿਸੇ ਕਿਸਮ ਦਾ ਜਿਹੜਾ ਹੈ ਨਾ ਜੀ ਠੀਕ ਹੈ ਨਾ ਜੀ ਠੀਕ ਹੈ ਜੀ ਦੱਸੋ ਜਨਾਬ ਤੁਸੀਂ ਖਾਣਾ ਅੱਜ ਕਿਸ ਤਰ੍ਹਾਂ ਤੁਹਾਨੂੰ ਮਿਲਿਆ ਤੇ ਕਿਸ ਤਰ੍ਹਾਂ ਦੇ ਰਹੇ ਨੇ ਜਨਾਬ ਖਰਾਬ ਦਾਣਾ ਜਾਨਵਰ ਵਾਲਾ ਖਰਾਬ ਖਾਣਾ ਦੇ ਰਹੇ ਨੇ ਜਾਨਵਰਾਂ ਦੇ ਖਾਣੇ ਵਾਲਾ ਤਿੰਨ ਦਿਨ ਤੋਂ ਖਰਾਬ ਹੋ ਰਹੀ ਉਲਟੀਆਂ ਆ ਰਹੀ ਹੈ ਇਤਨਾ ਨਾਕਸ ਖਾਣਾ ਹੈ ਮਤਲਬ ਕਿ ਕੋਈ ਇੰਤਜ਼ਾਮੀਆਂ ਨਹੀਂ ਹੈਗਾ ਪਹਿਲੇ ਕੀ ਫੇਸਬੁੱਕ ਤੇ ਦਿਓ ਜੀ ਕੋਈ ਇੰਤਜ਼ਾਮ ਨਹੀਂ ਇੱਥੇ ਹੈਗਾ ਕੋਈ ਬੰਦਾ ਕਿਸੇ ਨੂੰ ਪੁੱਛਣ ਦੱਸਣ ਵਾਲਾ ਨਹੀਂ ਹੈਗਾ ਸਾਡੇ ਨਾਲ ਦੀਆਂ ਕੰਟਰੀਆਂ ਦੇ ਲੋਕਾਂ ਨੂੰ ਵੀ ਆਈਪੀ ਕਿਸਮ ਦਾ ਖਾਣਾ ਦਿੱਤਾ ਜਾ ਰਿਹਾ ਬੜਾ ਪ੍ਰੋਟੋਕੋਲ ਦਿੱਤਾ ਜਾ ਰਿਹਾ ਉਹਨਾਂ ਟੇਬਲਾਂ ਦੇ ਉੱਤੇ ਬੈਠ ਕੇ ਜਨਾਬ ਇਸ ਦਾ ਸਖਤੀ ਨਾਲ ਨੋਟਿਸ ਲਿਆ ਜਾਵੇ ਇਹਨਾਂ ਦਾ ਜਨਾਬ